ਕਿਸਾਨ ਵੀਰੋ ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਜੋ ਆਪਾਂ ਅੱਜ ਦੀ ਵੀਡੀਓ ਦਿਖਾਉਣ ਲੱਗੇ ਹਾਂ ਨਾ, ਨਿਊ ਹੋਲੈਂਡ ਕੰਪਨੀ ਦਾ, ਜਿੱਦਾਂ ਪਤਾ ਨਾ ਤੁਹਾਨੂੰ ਹੁਣ ਅੱਗੇ ਟਰੰਚ ਵਿਧੀ ਨਾਲ ਗੰਨਾ ਲੱਗਦਾ, ਜਿਹੜੀ ਗੰਨੇ ਦੀ ਖੇਤੀ ਆ ਟਰੰਚ ਵਿਧੀ ਨਾਲ ਹੁੰਦੀ ਪਈ ਆ। ਉਹਦੇ 'ਚ ਜਿਹੜਾ ਗੈਪ ਹੁੰਦਾ, ਉਹਦੇ 'ਚ ਰੋਟਾਵੀਟਰ ਚੱਲਦਾ ਛੋਟਾ, ਅਤੇ ਉਹਦੇ ਲਈ ਮਿੰਨੀ ਟਰੈਕਟਰ ਚਾਹੀਦੇ ਹੁੰਦੇ ਆ, 4x4 ਵੀ ਚੱਲ ਜਾਂਦਾ, 4x2 ਵੀ। ਅਤੇ ਇਸੇ ਸਿਲਸਿਲੇ 'ਚ ਨਾ ਕੋਈ ਵੀ ਕੰਪਨੀ ਲਾ ਲਿਓ, ਸਾਰੇ ਹੀ ਆਪਣੇ ਮਿੰਨੀ ਟਰੈਕਟਰ ਲਾਂਚ ਕਰਦੀਆਂ ਪਈਆਂ 4x4 ਟਰੰਚ ਵਿਧੀ ਲਈ। ਅਤੇ ਨਿਊ ਹੋਲੈਂਡ ਵਾਲਿਆਂ ਨੇ ਵੀ ਪਿੱਛੇ ਨਹੀਂ ਰਹਿਣਾ, ਮੀਨਿੰਗ ਕਹਿੰਦੇ ਅਸੀਂ ਵੀ ਕਰਤਾ ਨਵਾਂ ਮਾਡਲ ਲਾਂਚ। ਤੇਰੀ ਜਾਣਕਾਰੀ ਲੈਂਦੇ ਹਾਂ ਬਾਈ ਉਹਦੇ ਕੋਲੋਂ, ਕਿੰਨੇ HP 'ਚ ਆ, ਕਿੰਨਾ ਕੀ ਆ, ਠੀਕ ਆ। ਅਤੇ ਵੀਡੀਓ 'ਚ ਬਣੇ ਰਹੋ, ਇਹਦੇ ਰੇਟ ਦੀ ਵੀ ਦਿਆਂਗੇ ਆਈਡੀਆ ਵੀ ਕਿੰਨੇ ਕਦਾ। ਨਿਊ ਹੋਲੈਂਡ ਕੰਪਨੀ ਦਾ ਹੀ ਆ, ਲੇਕਿਨ ਇੱਥੇ ਬ੍ਰਾਂਡਿੰਗ ਨਹੀਂ ਹੈਗੀ ਕਿਤੇ, ਨਿਊ ਹੋਲੈਂਡ ਦੀ ਸਿੰਬਾ ਕਰਕੇ ਆ, ਬਲਿਊ ਸੀਰੀਜ਼ ਸਿੰਬਾ 30 ਕਰਕੇ ਆ ਦੀ, ਜਿਹੜੀ ਨਾ OIB ਤੇਲ 'ਚ ਬ੍ਰੇਕਾਂ ਇਹਦੀਆਂ ਵੀ। ਅਤੇ ਕਿੰਨੇ HP ਦਾ ਭਾਅ ਜੀ? 36 HP ਦਾ। ਕਿਸਾਨ ਵੀਰੋ ਨਿੱਕਾ ਜਿਹਾ ਲੱਗਣ ਡਿਆ, ਅਤੇ ਮੈਸੀ ਲਾ ਲਓ, ਗੋਲ ਸ਼ੇਪ ਆ ਲਓ ਵੀ 36 HP ਦਾ, ਠੀਕ ਹੈ ਜੀ। ਅਤੇ 4x4 'ਚ ਆ। ਅਤੇ ਭਾਅ ਜੀ ਰੋਟਾਵੀਟਰ ਕਿੰਨੇ ਫੁੱਟ ਦਾ ਭਾਅ ਜੀ? ਅਤੇ ਮਗਰ ਸਾਢੇ ਤਿੰਨ ਫੁੱਟਾ ਕਿਸਾਨ ਵੀਰੋ ਰੋਟਾਵੀਟਰ ਆ। ਟਰੰਚ ਵਿਧੀ ਦੀ ਖੇਤੀ ਕਰਨੀ ਆ ਨਾ ਜਿਹਨੇ ਗੰਨੇ ਦੀ, ਜਾਂ ਆਪਣੇ ਬਾਗਾਂ ਬੂਗਾਂ 'ਚ ਚਲਾਉਣਾ, ਤਾਂ ਬੜਾ ਵਧੀਆ 3.5 'ਚ, 3.5 ਫੁੱਟਾ ਰੋਟਾਵੀਟਰ ਆ। ਤਾਂ ਭਾਅ ਜੀ ਇਹਦਾ ਆਈਡੀਆ ਹੈਗਾ ਕੋਈ ਟਰੈਕਟਰ ਦਾ, ਇਹਦਾ ਕੀ ਪ੍ਰਾਈਜ਼ ਆ? 6 ਲੱਖ ਦੇ ਕਰੀਬ। ਦੋਨੇ ਚੀਜ਼ਾਂ? ਨਹੀਂ ਇਹ ਅਲੱਗ ਆ। ਅੱਛਾ ਇਹ ਕਿੰਨੇ ਦਾ? ਆਈਡੀਆ 70 ਦਾ। ਅੱਛਾ ਕਿਸਾਨ ਵੀਰੋ 6 ਲੱਖ ਰੁਪਏ ਦਾ ਟਰੈਕਟਰ ਹੈ ਜਿਹੜਾ, ਮੀਨਿੰਗ 30 HP, ਕਿੰਨਾ 36 HP ਦਾ, ਅਤੇ 70-75 ਹਜ਼ਾਰ ਦਾ ਇਹ ਆ। ਲਾ ਲਓ ਵੀ 6.5-7 ਲੱਖ ਦਾ ਸੌਦਾ ਹੈਗਾ ਇਕੱਠਾ, ਦੋਨੇ ਚੀਜ਼ਾਂ ਮਿਲਾ ਕੇ ਨਾ, ਠੀਕ ਹੈ ਜੀ। ਅਤੇ ਬਾਕੀ ਕਿਹੜੀ ਕੰਪਨੀ ਦਾ ਹੈਗਾ ਇਹ? ਦੁਆਬਾ ਮੈਸ਼ੀਕੋ ਦਾ, ਮੀਨਿੰਗ ਮਾਸ਼ੀਕੋ, ਪਤਾ ਤੁਹਾਨੂੰ ਇਟਲੀ ਦੀ ਕੰਪਨੀ ਆ ਬੜੀ ਮਸ਼ਹੂਰ ਰੂਟਾਵੀਟਰਾਂ 'ਚ। ਅਤੇ ਬਾਕੀ ਭਾਅ ਜੀ ਸਟਾਰਟ ਕਰਿਓ, ਇਹਦੀ ਆਵਾਜ਼ ਚੈੱਕ ਕਰੀਏ ਪਹਿਲੇ, ਕਿਸਾਨ ਵੀਰੋ ਚਾਬੀ ਨਾਲ ਆ ਬਾਈ ਨੂੰ ਕਹਿੰਦੇ ਆ ਸਟਾਰਟ ਕਰਨ, ਇਹਦੀ ਆਵਾਜ਼ ਵਗੈਰਾ ਚੈੱਕ ਕਰਾਈਏ ਤੁਹਾਨੂੰ ਸਿੰਬੇ ਦੀ। ਅਤੇ ਪਿੱਛੇ ਨੂੰ ਕਰ ਲਓ ਭਾਅ, ਥੋੜ੍ਹਾ ਚਲਾ ਕੇ ਵਧਾ ਦਿਓ ਲਿਫਟ ਚੁੱਕ ਕੇ। ਸਿੰਬਾ ਮੈਂ ਤਾਂ ਅੱਗੇ ਦੇਖਿਆ ਸੀ ਇੱਕ ਵਾਰੀ ਮੇਲੇ 'ਚ, ਅਤੇ ਜਾਂ ਅੱਜ ਦੇਖਿਆ ਟਰੈਕਟਰ, ਠੀਕ ਹੈ ਜੀ। ਆਵਾਜ਼ ਹੈਗੀ ਨਹੀਂ, ਰੇਸ ਦਿਓ ਥੋੜ੍ਹੀ। ਸਾਈਲੈਂਟ ਹੀ ਆ ਬਿਲਕੁਲ ਕਹਿ ਲਓ ਤੁਸੀਂ। ਲਿਫਟ ਚੁੱਕਿਓ ਭਾਅ ਜੀ, ਕਿੰਨੀ ਚੁੱਕਦਾ ਫੁੱਲ? ਲਿਫਟ ਚੁੱਕ ਕੇ ਵੀ ਦਿਖਾ ਦਿੰਦੇ ਹਾਂ, ਮਗਰ 3-3.5 ਫੁੱਟ ਦਾ ਰੋਟਾਵੀਟਰ ਆ ਮੇਰੇ ਖਿਆਲ ਨਾਲ। ਅਤੇ ਮਗਰ ਨਾ ਇੱਧਰੋਂ ਹੋਣੀ ਆ, ਇੱਧਰੋਂ ਹੈ ਭਾਅ ਜੀ, ਇੱਧਰੋਂ ਲਿਫਟ, ਉਹ PTU ਵਾਲਾ ਕਲੱਚ ਫੜੇ ਦਾ। ਹਾਂ ਆ ਵੇਖ ਲਓ, ਚਲਾਓ ਹਾਂ ਪਿੱਛੇ ਨੂੰ ਥੋੜ੍ਹਾ ਇਹਨੂੰ। ਹਾਂ ਜਾਣ ਦਿਓ ਉੱਧਰ ਨਾ ਦੇਖਿਓ ਲੱਗੇ ਨਾ। ਚਲੋ ਲਓ ਜੀ, ਕਰੋ ਜੈਕ, ਘੁਮਾ ਦਿਓ, ਕਰੋ ਜੈਕ ਕਿਸਾਨ ਵੀਰੋ ਸਿੰਬਾ। ਅੱਗੋਂ ਦੇਖ ਲਓ, ਅੱਗੋਂ ਵੀ ਲੁੱਕੀ ਦੀ, ਜਿਹੜੇ ਨਿਊ ਹੋਲੈਂਡ ਐਕਸਲ ਸੀਰੀਜ਼ ਦੇ ਟਰੈਕਟਰ ਆਉਂਦੇ ਆ ਨਾ, ਉਹਦੇ ਵਾਲੀ ਲੁੱਕ ਦਿੱਤੀ ਦੀ ਆ ਕੰਪਨੀ ਨੇ ਇਹਨੂੰ, ਐਕਸਲ ਸੀਰੀਜ਼ ਵਾਲੇ ਟਰੈਕਟਰਾਂ ਦੀ। ਤਾਂ ਆਵਾਜ਼ ਚੈੱਕ ਕਰ ਲਓ, ਹੈਗੀ ਨਹੀਂ ਹਾਈਡਰੋਲਿਕ ਡਿਫਰੈਂਸ਼ੀਅਲ ਲੋਕ ਵੀ ਹੈਗਾ ਛੋਟੇ ਜਿਹੇ ਟਰੈਕਟਰ 'ਚ, ਠੀਕ ਹੈ ਜੀ। ਲਾਈਟਾਂ ਕਰਿਓ ਇਹਦੀਆਂ ਆਉਣ, ਲਾਈਟਾਂ ਵਗੈਰਾ ਆਨ ਕਰਿਓ ਭਾਅ ਜੀ, ਲਾਈਟਾਂ, ਉਹ ਵੇਖ ਲਓ LED ਇੰਡੀਕੇਟਰ ਹੈ ਕਿਸਾਨ ਵੀਰੋ, ਹੈ ਨਾ। ਕਰੋ ਚੈੱਕ, ਕਰ ਦਿਓ ਸਿੱਧਾ ਕਰਕੇ ਲਾ ਦਿਓ ਇੱਥੇ, ਇੱਥੇ 1 ਮਿੰਟ ਰੋਕ ਲਓ, ਫਿਰ ਬੰਦ ਕਰ ਲਓ, 2 ਮਿੰਟ ਬੰਦ ਕਰ ਲਓ ਇਹਦੀ ਸ਼ੋ ਵੀ ਦਿਖਾ ਦਈਏ ਕਿਸਾਨ ਵੀਰੋ, ਤੁਹਾਨੂੰ ਅੱਗੇ ਕਰ ਲਓ ਜਾਂ ਇਹਦੀ ਨਾ, ਤੁਹਾਨੂੰ ਸ਼ੋ ਵੀ ਦਿਖਾ ਹੀ ਦਿੰਦੇ ਹਾਂ ਖੋਲ੍ਹ ਕੇ ਇੰਜਨ ਵਗੈਰਾ ਇਹਦਾ।
ਉਹ ਵੇਖ ਲਓ ਇਹ ਕਿੱਦਾਂ ਬ੍ਰੇਕਾਂ ਵੀ ਆ, ਡਿਸਕ ਬ੍ਰੇਕਾਂ। ਸ਼ੋਅ ਖੋਲ ਦਿਓ ਭਾਅ ਜੀ ਮਾੜੀ ਜੀ ਦੀ ਸਾਨੂੰ ਵੀਰੋ, ਸ਼ੋਅ ਖੋਲ ਕੇ ਨਾ ਇੰਜਨ ਚੈੱਕ ਕਰਾ ਦਿੰਦਾ ਤੁਹਾਨੂੰ। ਉਹ ਚਾਬੀ ਨਾਲ ਹੋਣੀ ਆ, ਚਾਬੀ ਦੇ ਖੁੱਲ ਗਈ। ਲਓ ਜੀ ਸਾਨੂੰ ਵੀਰੋ ਇਹ ਵੀ ਬੜਾ ਵਧੀਆ ਸਿਸਟਮ ਆ, ਲੋਕ ਸਿਸਟਮ ਆ, ਮੀਨਿੰਗ ਸੇਫਟੀ ਫੀਚਰ ਹੈ, ਬਿਨਾਂ ਉਹਦੇ ਤੋਂ ਖੁੱਲ੍ਹਣੀ ਨਹੀਂ ਇਹ ਚਾਬੀ ਤੋਂ। ਚੈੱਕ ਕਰੋ ਅੱਗੇ ਆ ਉਹ ਦਿੱਤੇ ਦਾ ਆਪਣੇ ਕੂਲੈਂਟ ਵਾਲਾ ਬੋਕਸ, ਬੈਟਰੀ ਸਾਈਡ ਤੋਂ ਚੈੱਕ ਕਰਿਓ, ਪੰਪ ਚੈੱਕ ਕਰ ਲਓ ਤਾਂ। ਤਿੰਨ ਸਿਲੰਡਰ ਇੰਜਨ ਆ ਕਿਸਾਨ ਵੀਰੋ ਇਹਦਾ। ਹੈਲੋ ਤਾਂ 4x4 'ਚ ਆ, ਵੇਖ ਲਓ ਟਾਇਰ ਵੀ ਦੇ, ਠੀਕ ਹੈ ਜੀ। ਏਅਰ ਕਲੀਨਰ ਵੀ ਅੰਦਰ ਹੀ ਆ, ਉਹ ਅੰਦਰ ਵਾਲੀ ਸਾਈਡ 'ਤੇ ਏਅਰ ਕਲੀਨਰ ਆ, ਇੱਧਰੋਂ ਵੀ ਚੈੱਕ ਕਰ ਲਓ ਇਹਦਾ। ਮੈਨੂੰ 36 HP ਦਾ ਅਤੇ 6 ਲੱਖ ਰੁਪਇਆ ਕੀਮਤ ਦੱਸੀ ਆ ਬਾਈ ਨੇ ਇਹਦੀ, ਠੀਕ ਹੈ ਜੀ। ਬਾਕੀ ਇਹਦੇ ਗੇਅਰ ਆ ਮੇਨ, ਹਾਈ ਲੋ ਮੀਡੀਅਮ, ਇਹ PTO ਵਾਲਾ ਲੀਵਰ, ਉੱਧਰ ਲਿਫਟ ਵਾਲੇ ਲੀਵਰ ਆ ਦੋਨੇ, ਠੀਕ ਹੈ ਜੀ। ਵਧੀਆ ਅਤੇ ਐਨਾਲੋਗ ਮੀਟਰ ਦੇ ਨਾਲ ਆ, ਦੇਖੋ ਐਨਾਲੋਗ ਮੀਟਰ ਹੈ ਅਤੇ ਪੰਪ ਵਗੈਰਾ ਇਹਦੇ। ਪਾਵਰ ਸਟੀਅਰਿੰਗ ਦੇ ਨਾਲ ਹੈ ਕਿਸਾਨ ਵੀਰੋ, ਸਿੰਗਲ ਐਕਟਿੰਗ ਪਾਵਰ ਸਟੀਅਰਿੰਗ ਹੈ ਟਰੈਕਟਰ ਦਾ, ਠੀਕ ਹੈ ਜੀ। ਚਲੋ ਇਹ ਕਰਤਾ ਹੀ ਬੰਦ, ਇਹਦੀ ਸ਼ੋਅ ਵਗੈਰਾ, ਇਹ ਉੱਤੋਂ ਸੀਟ ਵਗੈਰਾ। ਅਤੇ ਬਾਕੀ ਠੀਕ ਹੈ ਕਿਸਾਨ ਵੀਰੋ, ਇਹੋ ਹੀ ਆ ਵੀ ਜਿੱਦਾਂ ਹੁਣ ਅੱਗੇ ਟਰੰਚ ਵਿਧੀ ਦੇ ਆਂਡੇ ਜਾਂ ਬਾਗਬਾਨੀ ਲਈ ਛੋਟੇ ਟਰੈਕਟਰ, ਹਰ ਕੰਪਨੀ ਆਪਣਾ ਆਪਣਾ ਇੱਦਾਂ ਦੇ ਮਾਡਲ ਹੈਗੇ। ਕਬੋਟਾ ਦੇ ਵੀ ਹੈਗਾ, ਸਵਰਾਜ ਦੇ, ਮਹਿੰਦਰਾ ਦੇ, ਇਹਦੇ ਹੋ ਗਏ, ਨਿਊ ਹੋਲੈਂਡ, ਹਰ ਕੰਪਨੀ ਮੈਸੀ ਦੇ, ਅਤੇ ਉੱਦਾਂ ਹੀ ਇਹਨਾਂ ਨਿਊ ਹੋਲੈਂਡ ਵਾਲਿਆਂ ਨੇ ਵੀ ਆਪਣੇ ਸਿੰਬਾ ਕਰਕੇ ਨਵਾਂ ਲਾਂਚ ਕੀਤੇ ਦਾ। ਬਾਕੀ ਆਈਡੀਆ ਦੇ ਤਾ ਰੇਟ ਦਾ, ਬਾਕੀ ਚਲਾ ਕੇ ਦੇਖ ਲਓ। ਟੈਸਟ ਰਾਈਡਲ ਵਗੈਰਾ ਲੈਣੀ ਆ, ਰੋਟਾਵੀਟਰ ਪੇ ਦਾ ਮਗਰ 3.5 ਫੁੱਟਾ, ਠੀਕ ਹੈ ਜੀ। ਇਹਦਾ ਵੀ ਰੇਟ ਦੱਸਦਾ 70-75 ਹਜ਼ਾਰ, ਰੋਟਾਵੀਟਰ ਦਾ 6 ਲੱਖ, 6.5-7 ਲੱਖ ਦਾ ਸੌਦਾ ਹੈਗਾ। ਅਤੇ ਜੇ ਕਿਸੇ ਲੈਣਾ ਟਰੰਚ ਬਿਜਲੀ ਤੇ ਨੂੰ ਵੀ ਇੱਕ ਵਾਰੀ ਚੈੱਕ ਕਰ ਲਿਓ, ਬਾਕੀ ਆਪਣੀ ਮਰਜ਼ੀ ਹੈ, ਜਿਹੜਾ ਪਸੰਦ ਆਏ ਉਹ ਲੈ ਲਿਓ, ਠੀਕ ਹੈ ਜੀ। ਤਾਂ ਆਸ਼ਾ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਏਗੀ, ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ। ਜੇ ਪਿੱਛੇ LED ਲਾਈਟ ਦਿੱਤੀ ਦੀ ਇਹਦੀ ਨਾ, ਮਗਰ ਰਾਤ ਨੂੰ ਦੇਖਣ ਦੇਖਣਾ ਜਿੱਦਾਂ।